दोस्तों लिया जिन्होंने पिछली वीडियो थले कमेंट्स किए हैं कि यार ना सानू कोई स्टाइल दसो कि वॉलीबॉल के जो प्लेयर हैं वो हाथ किस तरह बनते हैं गए तो अब थोड़ा असं इस वीडियो वो ही दसागे कि हाथ किस तरह बनते हैं गए तो वीडियो पूरी वेख्यो इंशाल्लाह ना मजा उसी थानू कुछ सीखने मिल सी तो वीडियो स्टार्ट कर बड़ी है चाचू ने बुलाया है कोई मिस्त्री आए आन गए नवे मकान च ना सीलिंग करनी आन गई तो वह चाचू ने सद्या है कई दी करवा भी है सीलिंग मैं उदे ही जा रहा चंगा भला सोत च गर्म गर्म सोत आ बैठा हुआ है बाहर तो बड़ी ठंड है चलो जाके बहने बस अपना बना रहे हैं हाँ नवा घर बना रहे हैं थ्री स्टोरी एक दो तीन अजे तक मुकम्मल नहीं होया प्लस्तर हो गया पत्थर शत्थर लग गया गा सीलिंग तो दूजा काम आने वाला है अपने पहले नंबर से कमरे में सीलिंग करवाऊंगा है जी एडी सोत गर्म च कढ़ के बस समान थोड़ा देना उहे बंदा फोन कर देंदा कि आंदे पैण समान कढ़ के दे दिओ चलो समान कढ़ दिंदे आ इन्हां भाई होरां दा समान कोई पिया सी इधर घोड़ियां जिन्हां ते घोड़ियां जिन्हां ते खड़े होके इन्हां ने सीलिंग करनी आ उह इन्हां नूं दिंदे आ भाई होरां नूं साडा पुराना घर पहले इहदे च सी हुण उधर नवां बण रिहा हैगा आ पईआं भाई बच्चे खरोड़ खेडते पे असं आप अज खेडा गए नाल उन्होंने ओ यार मैं भी खरोड़ खेडने आन गए मैं खेडो सो ओ वेरी गुड थले पर आ जा वाह बड़ा चाहना मारे बालों को खरोड़ जीती जावे एक दूसरे ने लड़ते हैं इन्ना को जीती गए कोई नी खैर जित लेंगे कभी उस्ताद की कॉल आई आ मेहमान आए आन गए मैं हूं उदे आ गया स्टार ओ मेरे को
ਹੋਰ ਸੁਣਾਓ, ਸਫ਼ਰ ਕਿਵੇਂ ਦਰਿਆ ਖੇਡ ਰਿਹਾ? ਇਧਰਲੀ ਬਾਰਿਸ਼ ਚ ਮਾਤਾ ਆਖਿਆ ਤੁਸੀਂ ਕੋਈ ਨੀ ਆਉਣਾ? ਇਹਨੇ ਵੈਜੀ ਨਾ ਸਾਡਾ ਯੂਟਿਊਬ ਚੈਨਲ ਜਿਹੜਾ ਲੂਣਾ ਕਲੱਬ ਦਾ ਸਾਰਾ ਮੇਨਟੇਨ ਇਹ ਹੀ ਕਰਦੇ ਨੇ, ਐਡੀਟਿੰਗ ਵੀਡੀਓ 'ਚ ਚਲੋ ਮੈਂ ਕਦੀ ਥੋੜ੍ਹੀ ਬਾਰੀ ਬਣਾ ਕੇ ਲੈ ਕੇ ਆ ਜਾਂਦਾ, ਮੁੜੇ ਨਾ ਦੇ ਇਹ ਐਡੀਟਿੰਗ ਕਰਦੇ। ਅਤੇ ਬਾਈ ਜੀ ਸਾਂਭਲ ਸਾਹਿਬ ਹਨ, ਇਹ ਫੇਸਬੁੱਕ ਪੇਜ ਸਾਡਾ ਚਲਾਉਂਦੇ ਨੇ ਲੂਣਾ ਵਾਲੀ ਬਾਰ ਕਲੱਬ। ਅਤੇ ਬੜੀ ਯਾਰ ਇਹਨਾਂ ਦੋਵਾਂ ਦੀ ਬੜੀ ਮਿਹਨਤ ਹੈ ਜਿਹੜਾ ਇਸ ਲੈਵਲ 'ਤੇ ਦੋਨੇ ਚੀਜ਼ਾਂ ਲੈ ਕੇ ਆਏ, ਫੇਸਬੁੱਕ ਅਤੇ ਯੂਟਿਊਬ। ਸਾਦਾ ਨਾ ਮੁਹੱਬਤ ਹੈ, ਬਿਲਕੁਲ ਇਸ ਤਰ੍ਹਾਂ ਹੀ। ਸਭ ਦੋਸਤਾਂ ਨੂੰ ਮਾਜ਼ਰਤ ਕਰ, ਜਿਹੜਾ ਮੈਂ ਤੁਹਾਨੂੰ ਇਤਨਾ ਵੇਟ ਕਰਵਾਇਆ ਕਿ ਉਸਤਾਦ ਦੀ ਕਾਲ ਆ ਗਈ ਹੈ, ਮੈਂ ਉੱਧਰ ਵਗ ਗਿਆ ਹੈਗਾ, ਮੈਂ ਚਲੋ ਆ ਕੇ ਵੀਡੀਓ ਬਣਾਉਂਦੇ ਹਾਂ। ਅਤੇ ਯਾਰ ਕਾਫੀ ਦੋਸਤਾਂ ਦੇ ਨਾ ਥੱਲੇ ਕਮੈਂਟਸ ਵੀਡੀਓ ਦੇ ਆ ਰਹੇ ਹਨ ਕਿ ਯਾਰ ਇੱਕ ਐਸੀ ਵੀਡੀਓ ਬਣਾਓ ਕਿ ਨਾ ਕਿ ਸਾਨੂੰ ਪਤਾ ਲੱਗੇ ਕਿ ਵਾਲੀਬਾਲ ਦੇ ਜਿਹੜੇ ਖਿਲਾੜੀ ਹੈ ਇਹਨੂੰ ਹੱਥ ਕਿਵੇਂ ਬਣਦੇ ਹੈਗੇ। ਅਤੇ ਕਮੈਂਟਸ ਮੈਂ ਸਾਰਿਆਂ ਦੇ ਪੜ੍ਹਦਾ ਹਾਂਗਾ, ਅਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਕਮੈਂਟਸ ਥੱਲੇ ਕਰਦੇ ਹਨ, ਮੈਂ ਸਾਰਿਆਂ ਦੇ ਪੜ੍ਹਨਾ ਹੈਗਾ। ਇਸ ਤਰ੍ਹਾਂ ਕਮੈਂਟਸ ਕੀਤੇ ਕਰੋ। ਅਤੇ ਦੂਜਾ ਨਾ, ਹਰ ਖਿਲਾੜੀ ਦਾ ਆਪਣਾ ਆਪਣਾ ਸਟਾਈਲ ਹੁੰਦਾ ਹੈਗਾ ਹੱਥ ਬੰਨਣ ਦਾ, ਕੋਈ ਖਿਲਾੜੀ ਕਿਸ ਤਰ੍ਹਾਂ ਬੰਦਾ, ਕੋਈ ਕਿਸ ਤਰ੍ਹਾਂ ਬੰਦਾ, ਲੇਕਿਨ ਜਿਹੜਾ ਕੁਦਰਤੀ ਸਟਾਈਲ ਹੁੰਦਾ ਬੰਦਾ ਉਹ ਹੀ ਅਪਣਾਵੇ। ਲੇਕਿਨ ਜ਼ਿਆਦਾਤਰ ਬੰਦਿਆਂ ਦੇ ਥੱਲੇ ਕਮੈਂਟਸ ਆਏ ਯਾਰ ਸਟਾਰ ਖਿਲਾੜੀ ਜਿਹੜੇ ਨੇ ਉਹ ਕਿਸ ਤਰ੍ਹਾਂ ਹੱਥ ਬੰਨਦੇ, ਸਾਨੂੰ ਉਹ ਤਰੀਕਾਕਾਰ ਦੱਸੋ। ਅਤੇ ਇਸ ਬਾਰੇ ਚਲੋ ਵੀਡੀਓ ਬਣਾਉਂਦਾ। ਚਲ ਜ਼ਿਆਦਾਤਰ ਯਾਰ ਨਾ ਜਿਹੜੇ ਹੁੰਦੇ ਨਾ ਖਿਲਾੜੀ, ਉਹ ਹੱਥ ਜਿਹੜੇ ਹੈ ਨਾ ਉਹ ਦੋ ਉਂਗਲੀ ਥੱਲੇ ਰੱਖ ਕੇ ਨਾ ਇਹ ਦਾ ਸਟਾਈਲ ਹੈਗਾ, ਕਿਨ੍ਹਾਂ ਦੇ ਤਿੰਨ ਆਉਂਦੇ ਹਨਗੇ ਉੱਪਰ ਆਉਂਦੀਆਂ, ਕਿਨ੍ਹਾਂ ਦੀਆਂ ਦੋ ਆਉਂਦੀਆਂ ਹੈਗੀਆਂ। ਜਿਹੜਾ ਮੇਰਾ ਸਟਾਈਲ ਆ ਨਾ, ਮੈਂ ਸ਼ੁਰੂ ਤੋਂ ਥੱਲੇ ਨਾ ਹੱਥ ਜਿਹੜੇ ਹਨ ਉਹ ਆ ਬੰਦਾ ਆਗਾ ਐਂ ਕਰਕੇ, ਲੇਕਿਨ ਮੁੜ ਬਾਅਦ ਮੈਂ ਉਸਤਾਦ ਤਿਆਰ ਨੇ ਆਖਿਆ ਕਿ ਹੱਥ ਇੰਜ ਨਹੀਂ ਬੰਨਣੇ, ਹੱਥ ਇੰਜ ਬੰਨਣੇ ਕਿ ਦੋ ਉਂਗਲੀ ਥੱਲੇ ਰੱਖਣੀਆਂ, ਦੋ ਉੱਪਰ, ਪਿੱਛੇ ਜਿਹੜਾ ਹੈ ਨਾ ਅੰਗੂਠਾ ਜਿਹੜਾ ਨਾ ਉਹ ਖੱਬਾ ਜਿਹੜਾ ਹੈ ਨਾ ਉਹ ਰੱਖਣਾ ਹੈਗਾ। ਇਸ ਤਰ੍ਹਾਂ ਜਿਹੜੀ ਹੈ ਨਾ ਉਹ ਗ੍ਰਿਫ ਜਿਹੜੀ ਹੈ ਉਹ ਠੀਕ ਬਣਦੀ ਹੈਗੀ। ਲੇਕਿਨ ਉਸਤਾਦ ਤਿਆਰ ਦਾ ਜਿਹੜਾ ਹੈਗਾ ਸਟਾਈਲ ਉਹ ਵੀ ਇਹ ਹੈ, ਆਹ ਲਾ ਜਿਸ ਟਾਈਮ ਉਹ ਡਿਫੈਂਸ ਕਰ ਦੇਣ ਉਹ ਹੱਥ ਥੋੜ੍ਹੇ ਖੋਹ ਲੈਂਦੇ ਨੇ ਤਾਂ ਕਿ ਬਾਲ ਜਿਹੜਾ ਹੈ ਨਾ ਉਹ ਪੂਰਾ ਹੱਥਾਂ 'ਤੇ ਆਵੇ ਅਤੇ ਡਿਫੈਂਸ ਹੋ ਜਾਵੇ। ਇਹਨਾਂ ਨਾਲ ਇਹ ਫਾਇਦਾ ਹੁੰਦਾ ਹੈਗਾ ਕਿ ਜਿਹੜੇ ਜਿਸ ਟਾਈਮ ਹੱਥ ਬੰਨਿਆ ਖੋਲ੍ਹ ਕੇ ਨਾ ਬਾਲ ਜਿੱਥੇ ਲੱਗ ਜਾਵੇ, ਭਾਵੇਂ ਇੱਥੇ ਲੱਗ ਜਾਵੇ ਇੱਥੇ ਲੱਗ ਜਾਵੇ, ਉਹ ਡਿਫੈਂਸ ਹੋ ਜਾਂਦਾ ਹੈਗਾ। ਲੇਕਿਨ ਯਾਰ ਸਟਾਈਲ ਆਪਦਾ ਆਪਦਾ ਹੁੰਦਾ ਹੈਗਾ, ਲੇਕਿਨ ਇਹ ਆਹ ਜਿਹੜਾ ਸਟਾਈਲ ਹੈ ਨਾ ਇਹ ਬਹੁਤ ਫਿੱਟ ਹੈ, ਕਿਉਂਕਿ ਜ਼ਿਆਦਾਤਰ ਖਿਲਾੜੀ ਜਿਹੜੇ ਹੈ ਨਾ ਉਹ ਇੰਝ ਹੀ ਬੰਨਦੇ ਹੈਗੇ। ਅਤੇ ਇਸ ਤਰ੍ਹਾਂ ਅਗਾਂਹ ਤੁਹਾਡੀ ਮਰਜ਼ੀ, ਤੁਸੀਂ ਕਿੰਝ ਹੱਥ ਮਿਲਣੇ ਕਿੰਝ ਨਹੀਂ ਮਿਲਣੇ ਹੈਗੇ, ਲੇਕਿਨ ਇਹ ਹੈਗਾ ਜਿਹੜਾ ਤਰੀਕਾ ਸਾਡਾ ਹੈਗਾ ਉਹ ਮੈਂ ਤੁਹਾਨੂੰ ਦੱਸ ਦਿੱਤਾ, ਇਸ ਤਰ੍ਹਾਂ ਹੱਥ ਮੰਨਣੇ ਹੈਗੇ। ਅਤੇ ਦੂਜਾ, ਇੱਕ ਦੋ ਖਿਲਾੜੀ ਦੀ ਹੋਰ ਵੀ ਵੀਡੀਓ ਬਣਾਈ ਹੈਗੀ, ਉਹ ਵੀ ਤੁਸੀਂ ਵੇਖਿਓ, ਅੱਗੇ ਉਹਨਾਂ ਦੀ ਵੀ ਵੀਡੀਓ ਹੈਗੀ, ਉਹ ਵੀ ਚੈੱਕ ਕਰਕੇ ਤੁਸੀਂ ਫਿਰ ਉਹ ਵੀ ਵੇਖ ਲਿਆ ਕਿ ਉਹ ਹੱਥ ਕਿਵੇਂ ਬੰਨਦੇ ਹੈਗੇ। ਅਤੇ ਅਗਰ ਦੋਸਤੋ ਵੀਡੀਓ ਠੀਕ ਲੱਗੇ ਨਾ ਥੱਲੇ ਕਮੈਂਟਸ ਕਰਕੇ ਫਿਰ ਦੱਸਿਓ ਕਿ ਵੀਡੀਓ ਕਿਸ ਤਰ੍ਹਾਂ ਲੱਗੀ ਹੈਗੀ। ਅਤੇ ਅੱਗੇ ਹੁਣ ਤੁਹਾਨੂੰ ਦੂਜਾ ਕੋਈ ਹੋਰ ਖਿਲਾੜੀ ਉਹਨਾਂ ਦੇ ਤੁਹਾਨੂੰ ਵਿਖਾਉਂਦੇ ਹੈਗੇ ਉਹ ਕਿਸ ਤਰ੍ਹਾਂ ਹੱਥ ਬੰਨਦੇ ਹੈਗੇ। ਮੈਂ ਗਣੀਆਂ ਇੰਜ ਉਤਾਰੀ ਨਾ ਕੱਢਦਾ, ਮੇਰੀ ਇੰਜ ਹੇਠ ਹੋ ਜਾਂਦੀ ਇੰਜ ਅੰਦਰ ਕਦੀ ਨਹੀਂ। ਅਕਸਰ ਪਤਾ ਮੈਨੂੰ ਕੀ ਹਨ, ਅਕਸਰ ਬਾਹਰ ਲੱਗੇ ਨਾ ਤੇ ਇਹਦੇ ਇਹਦੇ ਯਾਦ ਆ ਗਏ, ਉਹ ਪਿੱਛੋਂ ਲਗਾ ਉਸ ਜਿਵੇਂ ਤੂੰ ਮਿਲ ਗਿਆ ਉਹ ਵਾਲੀਬਾਲ ਆ ਕਿਹੜਾ ਸਟਾਈਲ ਡਿਫੈਂਸ ਆਹਦਾ ਨਹੀਂ। ਸਹੀ, ਤੁਸੀਂ ਕਿਵੇਂ ਯਾਦ ਬੰਦੇ ਹੋ? ਇਹ ਅਸੀਂ ਉਸਤਾਦ ਕਰਿਆ ਜੀ ਸੀ ਨਹੀਂ ਹੱਥ ਖੋ ਆਈ ਮੇਰੇ ਕੋ ਕਮੈਂਟਸ ਲੈ ਤੋ ਵੀ ਆਈ ਵਿੱਕੀ ਵਿੱਕੀ ਐ ਬੰਦਾ ਹਰ ਬੰਦੇ ਦਾ ਤੇਰਾ ਆਪਣਾ ਸਟਾਈਲ ਹੁੰਦਾ ਹਰ ਬੰਦਾ ਠੀਕ ਹਾਂ ਨਾਲੇ ਕੋਰ ਹੈ ਸਟਾਈਲ ਦੇ ਵਿੱਚ ਦੁਨੀਆ ਕੱਚਾ ਸਟਾਈਲ ਚੁੱਪ ਹੋ ਸੀ ਨਾ ਉਹਨਾਂ ਡਿਫੈਂਸ ਚੁੱਪ ਹੋ ਲੇਕਿਨ ਜੇ ਆਹ ਜਿਹੜਾ ਤਿੰਨਾਂ ਉਂਗਲੀ ਵਾਲਾ ਨਾ ਜਿਹੜੇ ਖੇਡਦੇ ਮੈਂ ਅੱਜ ਕੋਈ 20 ਦਿਹਾੜਿਆਂ ਬਾਅਦ ਆਈ ਮੈਂ ਦੱਸਦਾ ਮੈਂ ਅੱਜ
नहीं दोस्तों, अगर वीडियो अच्छी लगे तो कमेंट्स करके जरूर दस्यो, तो जो नवे आए यार चैनल में जरूर सबसक्राइब कर दो। इंशाल्लाह अगली वीडियो जी है ना वो उस्ताद तैयार को असं पूछांगे उन्होंने को कि तुझा हाथ किस तरह बनी देन गए। तो आज का ब्लॉग इतने ख़त्म, तो आपका ख्याल रखियो और दुआ में याद रखियो। खुदा हाफिज़।